ਗੁਰੂ ਨੂੰ ਸਾਧਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਯਾਦਗਾਰ ਮਾਤਾ ਜੀ ਚੁਣ ਮਾਤਾ ਜੀਤ ਕੌਰ ਜੀ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਮਿਹਾਂ ਜੀ ਤਿੰਨੇ ਗੁਰੂ ਜੀ ਦੇ ਮਹਿਲ ਨੇ ਇੱਕ ਦਿਨ ਮਾਤਾ ਜੀਤ ਕੌਰ ਜੀ ਗੁਰੂ ਜੀ ਨੂੰ ਪੁੱਛਣਾ ਚਾਹੁੰਦੇ ਗੁਰੂ ਜੀ ਸਾਨੂੰ ਪਰਮਾਤਮਾ ਦੇ ਨਾਲ ਮਿਲਦੀ ਜੁਲਦੀ ਇਸੇ ਨਾਲ ਇੱਕ ਮਿੱਕ ਹੋਣ ਦਾ ਤਰੀਕਾ ਜੋ ਹੈ ਦਰਸ਼ਨਾ ਕਰੋ ਗੁਰੂ ਜੀ ਨੇ ਉਹਨੂੰ ਅੰਤਰ ਧਿਆਨ ਵੱਲ ਲਿਖਿਆ ਅਤੇ ਮਾਤਾ ਜੀ ਵੇਖਦੇ ਨੇ ਅੰਤਰ ਧਿਆਨ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਫੌਜਾਂ ਦਾ ਹਮਲਾ ਫੌਜਾਂ ਦਾ ਹਮਲਾ ਫਿਰ ਘੇਰਾ 6 ਮਹੀਨੇ 17 ਦਿਨ ਦਾ ਲੰਬਾ ਹੈ ਘੇਰਾ 4 ਦਸੰਬਰ 1704 ਨੂੰ ਉਹਨੂੰ ਟੁੱਟਦਾ ਗੁਰੂ ਜੀ ਨੂੰ ਰਾਹ ਦਿੱਤਾ ਜਾਂਦਾ ਗੁਰੂ ਜੀ ਸਹਿਮਤ ਹੋ ਜਾਂਦੇ ਕਿਲ੍ਹਾ ਛੱਡਣ ਲਈ ਅਤੇ ਉਹ ਕੁਰਾਨ ਦੇ ਵਿੱਚ ਚਿੱਠੀ ਜਾਂਦੀ ਹੈ ਮਹਾਰਾਣੀ ਰਾਜਿਆਂ ਵੱਲੋਂ ਪਟਾਕੇ ਦੀਆਂ ਗੌਣਾਂ ਬਣਾ ਕੇ ਅਤੇ ਜੈਨ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਨੇ ਗੁਰੂ ਜੀ ਵਿਚਵਾਰ ਕਰਦੇ ਸਤਿਕਾਰ ਕਰਦੇ ਪਰ ਬਾਹਰ ਨਿਕਲਦੇ ਉਹਨਾਂ ਦੇ ਉੱਪਰ ਹਮਲਾ ਹੋ ਜਾਂਦਾ ਹਮਲਾ ਰੋਕਦੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਉਹਨਾਂ ਦੇ ਨਾਲ ਭਾਈ ਉਦੇ ਸਿੰਘ ਜੀ ਗੁਰੂ ਜੀ ਅੱਗੇ ਜਾਂਦੇ ਨੇ ਸਰਸਾ ਦੇ ਕਿਨਾਰੇ ਜਿਹੜਾ ਕੀਮਤੀ ਸਮਾਨ ਸਿਰੇ ਭੇਜਿਆ ਸੀ ਕੀਮਤੀ ਇਤਿਹਾਸ ਪਾਣੀ ਦਾ ਅੰਦਾਜ਼ਾ ਸਿੰਘਾਂ ਲਾਇਆ ਜੀ ਦਿਨਾਂ ਬਾਅਦ ਬਾਹਰ ਨਿਕਲੇ ਤਾਂ ਉਹਨਾਂ ਨੇ ਜੋ ਹੈ ਉਹ ਰੁੜ ਗਿਆ ਕੁਝ ਸਿੰਘ ਵੀ ਸ਼ਹੀਦ ਹੋ ਗਏ ਗੁਰੂ ਜੀ ਨੇ ਉਹਨਾਂ ਨੂੰ ਰੋਕਿਆ ਅਤੇ 60 ਜਣਿਆਂ ਦਾ ਜਥਾ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਕੌਮ ਤੱਕ ਵੇਟ ਕਰਦਾ ਉਹਨਾਂ ਦੀ ਉਡੀਕ ਕਰਦਾ ਗੁਰੂ ਜੀ ਕਹਿੰਦੇ ਨੇ ਸਾਜਰੀ ਵਾਰ ਦਾ ਟਾਈਮ ਹੋਇਆ ਸੋ ਆਸਾ ਜੀ ਦੀ ਵਾਰ ਦੇ ਕੀਰਤਨ ਹੁੰਦੇ ਕੀਰਤਨ ਤੋਂ ਬਾਅਦ ਸਾਹਿਬਜ਼ਾਦਾ ਜੀ ਉੱਥੇ ਕਿ ਦੁਸ਼ਮਣ ਉੱਪਰ ਚੜ੍ਹਾ ਹੈ ਉੱਧਰੋਂ ਸਰਸਾ ਪਾਣੀ ਜ਼ੋਰ ਫੜਦਾ ਜਾ ਰਿਹਾ ਗੁਰੂ ਜੀ ਨੇ ਕਿਹਾ ਪਾਰ ਕਰੋ ਜਿਸ ਜਿਸ ਕੋਲ 40 ਕੁ ਜਣੇ ਸਰਸਾ ਨੂੰ ਗੁਰੂ ਜੀ ਦੀ ਅਗਵਾਈ 'ਚ ਪਾਰ ਕਰਦੇ ਨੇ ਜਿਹੜਾ ਚਮਕੌਰ ਦੀ ਜਿਹੜੀ ਵੱਡੀ ਹਵੇਲੀ ਉਸ ਟਾਈਮ ਦੀ ਜੋ ਗੁਰੂ ਜੀ ਨੂੰ ਮਿਲਦੀ ਹੈ ਗੁਰੂ ਜੀ ਉੱਥੇ ਡੇਰਾ ਲਾਉਂਦੇ ਨੇ ਟਿਕਾਣਾ ਬਣਾਉਂਦੇ ਨੇ ਜੰਗ ਪੱਖੋਂ ਬਹੁਤ ਵਧੀਆ ਡਬਲ ਛੱਤਰੀ ਹਵੇਲੀ ਗੁਰੂ ਜੀ ਲੱਗਦੇ 40 ਜਣੇ ਉੱਖਣ ਭਾਣੇ ਜਿਹੜੇ ਨੇ ਅਤੇ 10 ਲੱਖ ਦੀ ਫੌਜ ਉੱਥੋਂ ਗੁਰੂ ਜੀ ਖੁਦ ਵੀ ਚੁੱਕਦੇ ਮੈਦਾਨ 'ਚ ਜਾਣਾ ਚਾਹੁੰਦੇ ਪਰੰਤੂ ਪੰਜਾਂ ਦਾ ਹੁਕਮ ਕਿ ਗਲੀ ਛੱਡ ਕੇ ਚਲੇ ਜਾਓ ਅਗਲੇ ਦਿਨ ਹੁਕਮ ਹੁੰਦਾ ਤਾਂ ਗੁਰੂ ਜੀ ਉੱਥੇ ਬੇਨਤੀ ਕਰਦੇ ਕਿ 3 ਵਾਰ ਤਾੜੀ ਮਾਰ ਕੇ 1 ਵਾਰ ਕਹਿ ਕੇ ਜਾਵਾਂਗਾ ਸਿੰਘਾਂ ਦਾ ਗੁਰੂ ਚੱਲਿਆ ਸੋ ਉਹਨਾਂ ਦੀ ਬੇਨਤੀ ਮਨਜ਼ੂਰ ਕਰ ਲਈ ਜਾਂਦੀ ਮਾਤਾ ਜੀ ਵੇਖਦੇ ਨੇ 5 ਦਿਨ ਪਰ ਆਉਂਦੇ ਨੇ ਹਜ਼ਾਰਾਂ ਨੂੰ ਮਾਰ ਕੇ ਚਲੇ ਜਾਂਦੇ ਨੇ ਗੁਰੂ ਜੀ ਹੁਕਮ ਮੰਨ ਕੇ ਬਾਹਰ ਨਿਕਲਦੇ ਨੇ ਘੋੜਾ ਨਹੀਂ ਜੋੜਾ ਨਹੀਂ ਕਲਗੀ ਨਹੀਂ ਚੋੜਾ ਨਹੀਂ ਸੋ ਥਾਜ ਨਹੀਂ ਬਾਜ ਨਹੀਂ ਛੋੜਾ ਵੀ ਫੜ ਕੇ ਸੋ ਗੁਰੂ ਜੀ 3 ਦਿਨ ਭਾਈ ਜੈਨ ਸਿੰਘ ਜੀ ਉਹਨਾਂ ਨੂੰ ਮਿਲਦੇ ਨੇ ਖੂਹ ਦੇ ਉੱਪਰ ਸੋ ਗੁਰੂ ਕਹਿ ਜੀ ਸਾਧ ਸਿੰਘ ਜੀ ਉੱਠਦੇ ਪਾਸੇ ਰਹਿ ਗਏ ਜਿਹੜੇ ਜਿੱਥੇ ਪਰਿਵਾਰ ਨੂੰ ਛੋੜਾ ਗੁਰਦੁਆਰਾ ਉਹਦੇ ਉੱਠਦੇ ਪਾਸੇ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਮਿਹਾਂ ਜੀ ਜਿਹੜੇ ਪੈਰ ਫੁੱਲਾਂ ਦੇ ਉੱਤੇ ਚੱਲਣ ਵਾਲੇ ਸੀ ਉਹਨਾਂ ਦੇ ਕੰਡਿਆਂ 'ਤੇ ਚੱਲਣਾ ਪਿਆ ਪੈਰਾਂ 'ਚ ਛਾਲੇ ਹੋ ਬੁਰਾ ਹਾਲ ਹੋ ਗਿਆ ਭਾਈ ਮਨੀ ਸਿੰਘ ਜੀ ਨਾਲ ਨੇ ਅਤੇ ਉਹਨਾਂ ਨੂੰ ਜੰਗਲਾਂ ਰਾਣੀ ਜਾਣਾ ਕਿ ਰੁਖੀ ਡਾਂਡਾ ਮੀਂਗਾ ਛੁੱਟ ਮਾਝੇ ਵਾਲੇ ਵਰਤਦੇ ਹਾਂ ਸੋ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜਾ ਕੰਮੂ ਮਾਸਕੀ ਦੇ ਘਰ 1 ਦਿਨ ਅਗਲੇ ਦਿਨ ਜੋ ਹੈ ਗੰਗੂ ਲੈ ਗਿਆ ਗੰਗੂ ਦਾ ਪਿੰਡ ਲਾਗੇ ਸੀ ਗੰਗੂ ਕੋਲ ਜਾ ਕੇ ਮਾਤਾ ਜੀ ਕੁਛ ਨਹੀਂ ਸੀ ਪੁਰਾਣਾ ਸੇਵਕ ਮਿਲਿਆ ਪਰੰਤੂ ਉਮਰਾਂ ਚੋਰੀ ਕਰਦਾ ਫਿਰ ਰੌਲਾ ਵੀ ਪਾ ਦਿੰਦਾ ਕਿ ਮੇਰਾ ਪੁਲਿਸ ਨੂੰ ਖਾਣਾ ਲਾ ਰਹੇ ਪਾਇਆ ਜਾਂਦਾ ਸਾਹਿਬਜ਼ਾਦੇ ਨੀਅਤ ਚਿਣੇ ਜਾਂਦੇ ਨੇ ਉਹਨਾਂ ਦੇ ਬਾਅਦ ਮਾਤਾ ਗੁਜਰ ਕੌਰ ਜੀ ਠੰਡੇ ਪੁੱਟੀ ਸ਼ਹੀਦ ਹੁੰਦੇ ਮੋਤੀ ਮਹਿਲ ਦਾ ਅਤੇ ਜੋ ਟੁੱਟਣ ਵਾਲਾ ਹਾਲ ਉਹ ਵੀ ਮਾਤਾ ਜੀ ਚੱਕ ਰਹੇ ਨੇ ਸੋ ਗੁਰੂ ਗੈਰੀ ਸਾਧ ਸਿੰਘ ਜੀ ਗੁਰੂ ਜੀ ਨੂੰ ਮਾਤਾ ਜੀ ਨੇ ਪੁੱਛਿਆ ਗੁਰੂ ਜੀ ਕੀ ਅਸਰ ਇਹ ਕੋਈ ਔਕਤ ਕੋਈ ਫੌਜ ਦਿਖਾਇਆ ਮੈਨੂੰ ਅਤੇ ਗੁਰੂ ਜੀ ਨੇ ਕਿਹਾ ਨਹੀਂ ਇਹ ਸਾਰਾ ਪਿੱਛੋਂ ਹੈ ਕਿਉਂਕਿ ਮਾਤਾ ਜੀ ਪੁੱਛ ਰਹੀ ਹੈ ਸੰਨ 1704 ਤੋਂ 1704 ਤੋਂ ਬਾਅਦ ਇਹ ਸ਼ਹੀਦੀਆਂ ਦਾ ਸਿਲਸਿਲਾ ਚਾਲੂ ਹੁੰਦਾ ਸੋ ਮਾਤਾ ਜੀ ਪ੍ਰੋਪਰ ਪਹਿਨਾ ਕਰਦੇ ਨੇ ਪਿੰਡ ਅਗੰਮਪੁਰ 'ਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਉੱਥੇ ਸੁੰਦਰ ਗੁਰਦੁਆਰਾ ਉਹਦੇ ਨਾਲ ਸਰੋਵਰ ਅਤੇ ਅਗਲੇ ਪਾਸੇ ਜਿਹੜੇ ਮਕਾਨ ਬਣੇ ਨੇ ਕਾਰ ਸੇਵਾ ਸਰਹਾਲੀ ਕਿਲ੍ਹਾ ਉਹਨਾਂ ਬਣਾਏ ਭਾਰਤ ਤੋਂ ਬਾਅਦ ਗੁਰਦੁਆਰੇ ਬੰਗਲਾਦੇਸ਼ ਵਿੱਚ ਨੇ ਉਹ ਜੋ ਨੇ ਬਹੁਤ ਵਧੀਆ ਗੁਰਦੁਆਰੇ ਉੱਥੇ ਬੰਗਲਾਦੇਸ਼ ਨਾਨਕ ਸ਼ਹੀਦ ਗੁਰੂ ਨਾਨਕ ਦੇਵ ਜੀ ਪਹਿਲੀ ਅਸੀ ਦੇ ਗਏ ਸੀ ਦੂਜਾ ਗੁਰਦੁਆਰਾ ਸੰਗਤ ਟੋਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਉੱਥੇ ਗੁਰੂ ਤੇਗ ਬਹਾਦਰ ਜੀ 2 ਮਹੀਨੇ ਬਾਣ ਦਿੰਦੇ ਉੱਥੇ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ
ਜਿਹੜਾ ਪ੍ਰਚਾਰ ਕਰਨਾ ਦੇ ਹੋਇਆ ਸੋ ਆਪ ਜੀ ਇੱਥੇ ਆਏ ਹੋ ਮੱਖਣ ਜਾਲ ਵਾਲਾ ਲੱਖੀ ਜਾਣ ਵਾਲਾ ਰਸਮ ਲਏ ਇਹ ਖਰਚ ਜਿਹੜੇ ਨੇ ਉਹਨਾਂ ਲਈ ਜਿਹੜੇ ਗਰੀਬ ਬੜੀ ਬਹੁਤ ਭੰਡਾਰੇ ਬੱਚੇ ਨੇ ਉਹਨਾਂ ਨੂੰ ਸਕੂਲਾਂ ਪੜ੍ਹਨੇ ਇੱਥੇ ਉਹਨਾਂ ਨੂੰ ਜੋ ਹੈ ਕੀਰਤਨ ਦੀ ਸਿੱਖਿਆ ਸਿਖਾਈ ਜਾਂਦੀ ਹੈ ਬਾਣੀ ਦੀ ਸ਼ਾਮਾਂ ਨੂੰ ਸਭ ਜੋ ਜਾਪਦਾ ਕਰਦੇ ਨੇ ਬਹੁਤ ਸਾਡੀ ਗੱਲਾਂ ਨਾਲ ਕਰਾਇਆ ਜਾ ਰਿਹਾ ਸੰਤ ਬਾਬਾ ਚਰਨ ਸਿੰਘ ਜੀ ਅਤੇ ਮੌਜੂਦਾ ਵੀ ਸੰਤ ਬਾਬਾ ਸੁੱਖਾ ਸਿੰਘ ਜੀ ਸ਼ੁਰੂ ਹੋਈ ਕਾਲ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਵੱਲ ਅਤੇ ਬੜੀ ਪੁਰਾਣੀ ਉਹਨਾਂ ਦੇ ਜਿਹੜੇ ਸੀ ਉਹ ਸਾਡੀ ਗੱਲਾਂ ਨਾਲ ਚੱਲੇ ਸੰਗਤ ਦਾ ਸਹਿਯੋਗ ਅਤੇ ਗੁਰੂ ਸਾਹਿਬ ਦੀ ਜੋ ਕਿਰਪਾ ਹੈ ਉਹਨਾਂ ਮਹਾਂਪੁਰਖਾਂ ਦੇ ਉੱਪਰ ਵੀ ਸੰਗਤ ਦੀ ਕਿਰਪਾ ਜਿਹੜੇ ਆਪ ਨੂੰ ਆਇਆ ਦਿਲ ਹੁਣ ਬਿਠਾਈ ਹੈ ਚੰਗੇ ਤਰੀਕੇ ਨਾਲ ਪੜ੍ਹਾਈ ਵੀ ਹੋ ਸਕੇ ਦਾਸੇ ਗਰੀਬ ਉਹਨਾਂ ਨੂੰ ਕਾਗਜ਼ ਦੇ ਨਾਲ ਜੋ ਯੂਨੀਵਰਸਿਟੀਆਂ ਚਲਾਈਆਂ ਜਾ ਰਹੀਆਂ ਨੇ ਅਤੇ ਨਾਲ ਸੀਗੇ ਗਰੀਬ ਡੇਰੇ ਨੇ ਜਿਹੜੇ ਇੱਥੇ ਜੰਗਲਾਂ ਦੇ ਵਿੱਚ ਵੀ ਜਿੱਥੇ ਕਿਤੇ ਬੰਦਾ ਵੀ ਲਾ ਸੋ ਆਪ ਜੀ ਆਇਓ ਔਰ ਚੜ੍ਹਦੀ ਸੁਣਦੇ ਵੀ ਇੱਥੇ ਪਵਿੱਤਰ 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 ਵੀ ਹੁਣ ਸਾਡੇ ਕਰਦੇ ਹੁਣ ਕਰਕੇ ਦੋ ਚਾਰ ਮਿੰਟ ਵੱਧ ਲਾ ਲਈਏ ਫਿਰ 3000 ਮਿੰਟ ਹੀ ਲਾ ਗਏ ਸੋ ਅਗਲੀ ਵਾਰ ਲਾਓਗੇ ਆਪ ਜੀ ਸਾਡੇ ਪਰਿਵਾਰ ਤਿਆਰ ਹੋ ਜਾਣਾ ਸੋ ਫਿਰ ਖੁੱਲ੍ਹੇ ਮਨ ਦੇ ਨਾਲ ਜੋ ਹੈ ਉਸੇ ਵੇਲੇ ਛੱਡਣਾ ਕਿ ਵੀ ਬੱਚੇ ਹੋਰ ਆ ਗਏ ਉਹਨਾਂ ਨੂੰ ਬਾਹਰ ਨਾ ਖੜਾਉਣਾ ਤਾਂ ਕਰਕੇ ਥੋੜ੍ਹੀ ਜਿਹੀ ਛੇਤੀ ਕਰੀ ਮੇਰੇ ਅਗਲੀ ਵਾਰੀ ਜਵਾਬ ਜੀ ਸਾਡੇ ਨੂੰ ਮੌਕਾ ਮਿਲਿਆ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।